ਆਪ ਦਾ ਵਡਮੁੱਲਾ ਯੋਗਦਾਨ ਪਾਇਆ, ਆਪ ਦੀਆਂ ਜਾਨਾਂ ਤਲੀ 'ਤੇ ਧਰ ਕੇ, ਫਾਂਸੀ ਦੇ ਫੰਦਿਆਂ ਨੂੰ ਚੁੰਮ ਕੇ ਸਾਨੂੰ ਇਹ ਆਜ਼ਾਦੀ ਲਿਆ ਕੇ ਦਿੱਤੀ। ਮੈਂ ਅੱਜ ਜ਼ਿਆਦਾ ਨਾ ਕੁਛ ਕਹਿੰਦੇ ਹੋਏ ਮਾਫ਼ੀ ਮੰਗਦਾ ਤੁਹਾਡੇ ਕੋਲ ਲੇਟ ਆਇਆ, ਕਿਉਂਕਿ ਡਿਸਟ੍ਰਿਕਟ ਹੈੱਡਕੁਆਰਟਰ 'ਤੇ ਮੁਕਤਸਰ ਸਾਹਿਬ ਵਿਖੇ ਅਜਾਇਬ ਸਿੰਘ ਜੀ ਪੱਟੀ ਮਾਨਯੋਗ ਡਿਪਟੀ ਸਪੀਕਰ ਸਾਹਿਬ ਨੇ ਝੰਡੇ ਦੀ ਰਸਮ ਅਦਾ ਕਰਨੀ ਸੀ। ਉਹਨਾਂ ਦੇ ਭਾਸ਼ਣ ਤੋਂ ਬਾਅਦ ਮੈਂ ਸਿੱਧਾ ਇੱਥੇ ਗਿੱਦੜਬਾ ਆਇਆ ਹਾਂ ਔਰ ਤੁਹਾਨੂੰ ਤਮਾਮ ਜਿੰਨੀਆਂ ਸ਼ਖਸੀਅਤਾਂ ਇੱਥੇ ਆਈਆਂ ਹਨ ਬਿਨਾਂ ਰੁਕਾਵਟ ਤੋਂ ਔਰ ਛੋਟੇ ਨੰਨੇ ਮੁੰਨੇ ਬੱਚੇ ਪ੍ਰਾਇਮਰੀ ਸਕੂਲਾਂ ਦੇ, ਮੈਂ ਸਮਝਦਾ ਕਿ ਪ੍ਰਾਇਮਰੀ ਸਕੂਲਾਂ ਦੇ ਵਿੱਚ ਜਿਹੜੀ ਵਿੱਦਿਆ ਹੈ ਬਹੁਤ ਔਖੇ ਤਰੀਕੇ ਨਾਲ ਔਰ ਅੱਜ ਬੁਨਿਆਦੀ ਸਹੂਲਤਾਂ ਤੋਂ ਬਿਨਾਂ ਵੀ ਕੰਮ ਚੱਲਦਾ। ਅੱਜ ਕੈਪਟਨ ਅਮਰਿੰਦਰ ਸਿੰਘ ਜੀ ਨੂੰ ਇਸ ਗੱਲ ਦੀ ਮੈਂ ਵਧਾਈ ਦਿੰਦਾ ਔਰ ਧੰਨਵਾਦ ਕਰਦਾ ਕਿ ਅੱਜ ਉਹਨਾਂ ਨੇ ਇਹ ਗੱਲ ਕਹੀ ਕਿ ਪੰਜਾਬ ਦੇ ਸਾਰੇ ਹਾਈ ਸਕੂਲਾਂ ਦੇ ਅੰਦਰ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਸਮਾਰਟ ਕਲਾਸਿਸ ਬਣਾਵਾਂਗੇ। ਅੱਜ ਉਹਨਾਂ ਦਾ ਸ਼ੁਭ ਮੁਹੂਰਤ ਕੀਤਾ। ਮੈਂ ਤੁਹਾਨੂੰ ਅੱਜ ਇਸ ਗੱਲ ਦਾ ਯਕੀਨ ਦਿਵਾਉਣਾ ਕਿ ਅਗਲੀ